ਆਓ ਜੀ ਮਿੱਤਰੋ, ਸਵਾਗਤ ਹੈ ਤੁਹਾਡਾ ਅੱਜ ਦੇ ਵਲੋਗ 'ਚ। ਅੱਜ ਆਪਾਂ ਰਾਤ ਗਏ, ਦਿਨ ਦਾ ਸ਼ੂਟ ਬਿਲਕੁਲ ਨਹੀਂ ਕੀਤਾ। ਆਪਾਂ ਗਏ ਸੀ PVR ਮੂਵੀ ਵੇਖਣ। ਕਿਹੜੀ? ਗੋਰਿੱਲੇ ਵਾਲੀ, ਗੋਡਜ਼ਿਲਾ ਕਿੰਗ ਕੌਂਗ ਵਾਲੀ ਮੂਵੀ ਨੂੰ ਆਪਾਂ ਕਹਿੰਦੇ ਗੋਰਿੱਲੇ ਵਾਲੀ। ਪੰਜਾਬੀ ਹੁੰਦੇ ਹਾਂ, ਇਹਨਾਂ ਨੂੰ ਟਿਕਟਾਂ ਟੁਕਟਾਂ ਨਹੀਂ ਮਿਲਣੀਆਂ, ਪੂਰੇ ਜ਼ੋਰਾਂ ਸ਼ੋਰਾਂ 'ਤੇ ਵੇਖੋ ਟਿਕਟਾਂ ਬੁੱਕ ਕਰਦੇ ਹੋਏ, ਪਰ ਨਾ ਕਿੱਥੇ, ਫਿਰ ਹਾਰ ਕੇ ਬਣੀ ਗਈ ਗੱਲ, ਜਾਂਦੇ ਅੰਦਰ ਨੂੰ। ਚਲੋ ਜੀ, ਚਲੋ ਚੱਲੀਏ ਫਿਲਮ ਵੇਖਣ। ਭਾਈ ਕਾਰਵਾਈ ਚੈਕਿੰਗ ਚੁਕਿੰਗ ਜੀ ਕਰਾ ਕੇ ਚਲੋ ਚੱਲੀ ਅੰਦਰ। ਅੰਦਰ ਜਾਂਦੇ ਤਾਂ ਵੀਰ ਜੀ ਉਹਨਾਂ ਨੂੰ ਆਇਆ, ਬਹੁਤ ਤੇਜ਼ ਵੇਖੋ ਭੱਜੇ ਜਾਂਦੇ। ਐ ਇੱਥੇ ਬਹਿ ਕੇ ਫਿਰ ਆਪਾਂ ਘੜੀ ਕੀਤੀਆਂ ਕਲੋਲਾਂ, ਤਾਂ ਕਿ ਕਲੋਲਾਂ ਕਰ ਕਰਕੇ ਟਾਈਮ ਪਾਸ ਕਰੀਏ, ਕਿਉਂਕਿ ਮੂਵੀ ਦਾ ਟਾਈਮ ਲੇਟ ਸੀ ਅਤੇ ਆਪਣੀਆਂ ਕਲੋਲਾਂ ਮੁੱਕ ਨਹੀਂ ਸੀ ਰਹੀਆਂ। ਆਪਾਂ ਫਿਰ ਫੋਨ 'ਤੇ ਲੱਗ ਗਏ, ਕਦੀ ਆਉਣ ਨੂੰ ਕਦੀ ਆਉਣ ਨੂੰ। ਇੱਥੇ ਇਹਨੇ ਕੀਤਾ ਸਾਰਾ ਆਉਣਾ, ਇੱਥੇ ਮਨਾਉਣ ਦੀ ਪੈਸੇ ਦੇ ਮੈਨੂੰ ਕੋਲ ਲੈ ਕੇ ਦੇ ਖਾਣ ਨੂੰ। ਉਹ ਨਹੀਂ ਮੰਨਣ ਡਿਆ, ਹਾਰ ਕੇ ਨੇ ਮਨਾ ਮਨੂ ਕੇ ਲੈ ਹੀ ਲਿਆ। ਉਹ ਕਹਿੰਦਾ ਮੈਂ ਅੱਜ ਤਾਂ ਦੇ ਤੇ ਗਾਂਹ ਤੋਂ ਨਹੀਂ ਦੇਣੇ, ਮੈਂ ਆਉਣਾ ਹੀ ਨਹੀਂ ਨਾਲ, ਕਹਿੰਦਾ। ਐਂ ਕਿਹਾ ਨਾ ਹੀ ਚੱਲ ਅੱਜ ਤਾਂ ਚੱਲ। ਅੰਦਰ ਜਾ ਕੇ ਵੇਖ ਸਕਦੇ ਹੋ ਅੱਗੇ ਤੁਸੀਂ ਆਪਣੇ ਆਪ ਹੀ ਕਿ ਖਾਣ ਕੌਣ ਡਿਆ ਵਾ। ਕਹਿੰਦਾ ਵੀ ਮੈਂ ਪੈਸੇ ਦਿੱਤੇ, ਮੈਂ ਖਾਊਂਗਾ, ਅਤੇ ਖਾਣ ਕਿੱਦਾਂ ਡਿਆ ਐਨਕਾਂ ਲਾ ਕੇ। ਵੀਰ ਜੀ ਨੂੰ ਕੋਈ ਫਿਕਰ ਫਾਕਾ ਨਹੀਂ, ਇੱਥੇ ਮੈਡਮ ਨੇ ਮਾਰਿਆ ਰਜਨੀਕਾਂਤ ਦਾ ਸਟਾਈਲ। ਅਤੇ ਵੇਖੋ ਜੀ, ਆਪਾਂ ਨੂੰ ਕੋਈ ਫਿਕਰ ਨਹੀਂ, ਖਾਣਾ ਅਤੇ ਪੀਣਾ ਪੈਸੇ ਦਿੱਤੇ ਆ। ਸਾਡੇ ਸਾਰੇ ਵੇਖੋ ਚੁੱਪ ਕਰਕੇ, ਇੱਕ ਫੁੱਲਾ ਫੜਿਆ ਹੱਥ 'ਚ ਖਾਣ ਡਿਆ। ਅਤੇ ਇੱਧਰ ਵੇਖਦੇ ਜੀ, ਆਪਣੀ ਹੋ ਗਈ ਫਿਲਮ ਐਂਡ। ਵੇਖ ਕੇ ਚਲੋ ਚੱਲੀਏ ਹੁਣ ਰੋਟੀ ਪਾਣੀ ਖਾਣ। ਰਾਤ ਦਾ ਵੱਜਣ ਡਿਆ ਪੌਣਾ ਇੱਕ, ਬੈਠੇ ਢਾਬੇ 'ਤੇ ਰੋਟੀ ਖਾਣ। ਜਨਾਬ ਜੀ ਨੂੰ ਆ ਗਿਆ ਨਿੰਬੂ ਪਸੰਦ, ਅਤੇ ਕਹਿੰਦੀ ਮੈਂ ਨਿੰਬੂ ਖਾਣਾ। ਐਂ ਕਿਹਾ ਖਾਓ। ਇੱਥੇ ਆਪਾਂ ਚੇਅਰ ਕੀਤੇ ਪਾਣੀ ਦੇ ਸ਼ੋਟ, ਕਹਿੰਦੇ ਲਾਓ ਪਾਣੀ ਦਾ ਪੈੱਗ। ਖਾਧੀਆਂ ਮਲਾਈ ਵਾਲੀਆਂ ਰੋਟੀਆਂ, ਐਂ ਕਰੀ ਸ਼ੂਟ। ਐਂ ਕਿਹਾ ਨਾ 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 ਨਾ, ਖਾਣ ਦੇ ਸ਼ੂਟ ਨਾ ਕਰ। ਫਿਰ ਆਪਾਂ ਪੀਤੀ ਚਾਹ, ਅਤੇ ਇਸੇ ਤਰ੍ਹਾਂ ਆਪਾਂ ਕਰਤਾ ਵਲੋਗ ਐਂਡ। ਬਾਏ ਬਾਏ, ਟਾਟਾ, ਸੀ ਯੂ। ਕਰੋ ਸਬਸਕ੍ਰਾਈਬ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਥੈਂਕ ਯੂ।